ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਨੇ ਅਫਗਾਨਿਸਤਾਨ ਵਿੱਚ ਇੱਕ ਸਿੱਖ ਵਿਅਕਤੀ ਨਰਿੰਦਰ ਸਿੰਘ ਨੇ MP ਚੁਣੇ ਜਾਣ ਤੇ ਖੁਸ਼ੀ ਪ੍ਰਗਟਾਈ ਹੈ। ਉਹਨਾਂ ਕਿਹਾ ਕਿ ਇੱਕ ਸਿੱਖ ਵਿਅਕਤੀ ਦੇ ਸੰਸਦ ਮੈਂਬਰ ਬਣਨ ਨਾਲ ਜਿੱਥੇ ਅਫਗਾਨਿਸਤਾਨ ਵਿੱਚ ਸਿੱਖਾਂ ਦੀਆਂ ਸਮੱਸਿਆਵਾਂ ਦਾ ਹੱਲ ਹੋ ਸਕੇਗਾ, ਉੱਥੇ ਹੀ ਘੱਟ ਗਿਣਤੀਆਂ ਦੀਆਂ ਸਮੱਸਿਆਵਾਂ ਦਾ ਵੀ ਹੱਲ ਨਿਕਲ ਸਕੇਗਾ। ਸਿੱਖ ਜਿਹੜੇ ਨੇ ਬ੍ਰਹਿਮੰਡੀ ਸ਼ਹਿਰੀ ਨੇ, ਖਾਸ ਕਰਕੇ ਜਿਹੜਾ ਅਫਗਾਨਿਸਤਾਨ ਦਾ ਇਲਾਕਾ ਵਾ, ਇਹਦਾ ਸਿੱਖ ਧਰਮ ਦੇ ਨਾਲ, ਸਿੱਖ ਇਤਿਹਾਸ ਦੇ ਨਾਲ, ਸਿੱਖ ਵਿਚਾਰਧਾਰਾ ਦੇ ਨਾਲ ਬਹੁਤ ਡੂੰਘਾ ਸੰਬੰਧ ਆ। ਸਾਡੇ ਵਾਸਤੇ ਇਹ ਖੁਸ਼ੀ ਦੀ ਖਬਰ ਆ ਕਿ ਸਰਦਾਰ ਨਰਿੰਦਰ ਸਿੰਘ ਜਿਹੜੇ ਨੇ ਇਹ MP ਬਣੇ ਨੇ, ਲੋਅਰ ਹਾਊਸ ਦੇ ਚੁਣੇ ਗਏ ਨੇ। ਲੱਗਦਾ ਤੁਹਾਨੂੰ ਕਿ ਸਿੱਖ MP ਬਣੇ ਨੇ ਅਤੇ ਅਫਗਾਨਿਸਤਾਨ 'ਚ ਜਿਹੜੇ ਉੱਥੇ ਮੌਜੂਦ ਸਿੱਖ ਨੇ ਉਹਨਾਂ ਨੂੰ ਜਿਹੜੀ ਦਰਪੇਸ਼ ਮੁਸ਼ਕਲਾਂ ਉਹਨਾਂ ਵਿੱਚ ਕੁਛ ਸੁਧਾਰ ਹੋਏ? ਮੈਂ ਇਹੀ ਕਹਿਣ ਲੱਗਾ ਸੀ ਕਿ ਨਰਿੰਦਰ ਸਿੰਘ ਉਹ ਸ਼ਖਸੀਅਤ ਆ, ਸਰਦਾਰ ਅਵਤਾਰ ਸਿੰਘ ਦਾ ਸਪੁੱਤਰ ਆ, ਜਿਹਦਾ ਉਸ ਵੇਲੇ ਮਰਡਰ ਹੋ ਗਿਆ ਸੀ ਜਲਾਲਾਬਾਦ ਦੀ ਧਰਤੀ 'ਤੇ, ਜਦੋਂ ਅੱਤਵਾਦੀਆਂ ਨੇ ਬਹੁਤ ਸਾਰੇ ਨਿਰਦੋਸ਼ਾਂ ਨੂੰ ਮਾਰਤਾ ਸੀ। ਉਹਦੇ ਵਿੱਚ ਸਿੱਖ ਵੀ ਮਾਰੇ ਗਏ ਸੀ ਅਤੇ ਹਿੰਦੂ ਵੀ ਮਾਰੇ ਗਏ ਸੀ। ਸਿੱਖ ਕਿਉਂਕਿ ਮਾਈਕਰੋ ਮਿਨੋਰਟੀ ਦੇ ਵਿੱਚ ਹਾਂ, ਅਸੀਂ ਸਾਰੀ ਦੁਨੀਆ 'ਚ ਮਾਈਕਰੋ ਮਿਨੋਰਟੀ 'ਚ ਹਾਂ, ਪਰ ਉੱਥੇ ਬਹੁਤ ਥੋੜ੍ਹੀ ਗਿਣਤੀ 'ਚ ਸਿੱਖ ਰਹਿ ਗਏ ਨੇ ਅਫਗਾਨਿਸਤਾਨ ਦੇ ਹਾਲਾਤਾਂ ਕਰਕੇ। ਸਾਨੂੰ ਅੱਜ ਬੜੀ ਖੁਸ਼ੀ ਆ ਕਿ ਸਰਦਾਰ ਨਰਿੰਦਰ ਸਿੰਘ ਉੱਥੇ MP ਚੁਣੇ ਗਏ ਨੇ। ਇਹ ਜਿਹੜੇ ਆ MP ਹੋਣ ਦੇ ਨਾਤੇ ਸਿੱਖ ਸਮੱਸਿਆਵਾਂ ਨੂੰ ਹੱਲ ਕਰਾਉਣ ਲਈ, ਮਿਨੋਰਟੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਾਉਣ ਲਈ ਬਹੁਤ ਲਾਹੇਵੰਦ ਹੋਣਗੇ। ਮੈਂ ਸਰਦਾਰ ਨਰਿੰਦਰ ਸਿੰਘ ਨੂੰ ਅਤੇ ਅਫਗਾਨਿਸਤਾਨ ਦੇ ਜਿਹੜੇ ਸਿੱਖ ਵਾਸੀ ਨੇ ਉਹਨਾਂ ਨੂੰ ਮੁਬਾਰਕਬਾਦ ਦਿੰਦਾ। ਸਤਿਗੁਰੂ ਅੱਗੇ ਅਰਦਾਸ ਹੈ ਕਿ ਉਹਨਾਂ ਨੂੰ ਬਲ ਬਖਸ਼ੇ ਕਿ ਉਹ ਇਹਨਾਂ ਹਾਲਾਤਾਂ ਦੇ ਵਿੱਚ ਵੀ ਸਿੱਖੀ ਦੀ ਖੁਸ਼ਬੂਈ ਨੂੰ ਵੰਡਦੇ ਰਹਿਣ। ਉੱਧਰ ਦੂਜੇ ਪਾਸੇ ਕਸ਼ਮੀਰ ਵਿੱਚ ਇੱਕ ਸਿੱਖ ਸਰਪੰਚ ਦੇ ਭਰਾ ਦੀ ਅੱਤਵਾਦੀਆਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰਨ ਦੀ ਘਟਨਾ ਦੀ ਉਹਨਾਂ ਨੇ ਨਿੰਦਾ ਕੀਤੀ ਹੈ। ਦੇਖੋ, ਇਹ ਬੜੀ ਦਰਦਨਾਕ ਖਬਰ ਆ ਕਿ ਜੰਮੂ ਕਸ਼ਮੀਰ ਜਿਹੜਾ ਸਾਡਾ ਪਾਰਟ ਐਂਡ ਪਾਰਸਲ ਆ, ਉੱਥੇ ਵੀ ਸਿੱਖ ਆਬਾਦੀ ਬਹੁਤ ਵੱਡੀ ਤਾਂ ਨਹੀਂ ਹੈਗੀ, ਪਰ ਸਿੱਖਾਂ ਦੇ ਬਹੁਤ ਵੱਡੇ ਇਤਿਹਾਸਿਕ ਸਥਾਨ ਨੇ। ਸਿੱਖ ਉੱਥੇ ਬੜੀ ਚੜ੍ਹਦੀ ਕਲਾ 'ਚ ਰਹਿ ਰਹੇ ਨੇ ਅਤੇ ਸਾਡੇ ਵਾਸਤੇ ਬਹੁਤ ਹੀ ਅਫਸੋਸਨਾਕ ਖਬਰ ਸਾਨੂੰ ਰਾਤੀਂ ਮਿਲੀ ਸੀ ਕਿ ਸਰਦਾਰ ਸਿਮਰਜੀਤ ਸਿੰਘ ਸਪੁੱਤਰ ਸਰਦਾਰ ਨਾਨਕ ਸਿੰਘ ਤਰਾਲ ਇਲਾਕੇ ਦੇ ਜਿਹੜਾ ਸਰਪੰਚ ਚੁਣਿਆ ਗਿਆ ਉਹਦੇ ਭਾਈ ਸਾਹਿਬ ਨੂੰ ਅੱਤਵਾਦੀਆਂ ਨੇ ਗੋਲੀ ਮਾਰ ਕੇ ਮਾਰਤਾ ਵਾ। ਸਾਡੀ ਜੰਮੂ ਕਸ਼ਮੀਰ ਦੀ ਸਰਕਾਰ ਨੂੰ, ਸੈਂਟਰ ਦੀ ਸਰਕਾਰ ਨੂੰ ਬੇਨਤੀ ਆ ਕਿ ਸਿੱਖਾਂ ਦੀ ਜਾਨ ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ, ਤਾਂ ਕਿਉਂ ਇਹ ਸਿੱਖ ਹਰ ਥਾਂ 'ਤੇ ਮਿਹਨਤ ਕਰਕੇ, ਮੁਸ਼ੱਕਤ ਕਰਕੇ ਆਪਣੇ ਦੇਸ਼ ਦਾ, ਕੌਮ ਦਾ, ਧਰਮ ਦਾ ਨਾਂ ਉੱਚਾ ਕਰ ਰਹੇ ਨੇ, ਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਸਿੱਖਾਂ ਨੂੰ ਬਹੁਤ ਠੇਸ ਪਹੁੰਚਦੀ ਆ। ਅਸੀਂ ਦੁਖੀ ਪਰਿਵਾਰ ਦੇ ਨਾਲ ਹਮਦਰਦੀ ਵੀ ਕਰਦੇ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਕਾਰ ਨੂੰ ਅਪੀਲ ਆ ਕਿ ਸਿੱਖਾਂ ਦੀ ਜਾਨ ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।